ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀਪੀਐਸ ਕੁੰਬਰ ਅੱਜ ਸ਼ੋਅ ਨੂੰ ਲੈ ਕੇ ਆਇਆ ਹਾਂ ਜਿਹਦਾ ਨਾਮ ਫਿਰ ਤੋਂ ਔਰ ਤੁਸੀਂ ਸਾਰੇ ਜਿਵੇਂ ਜਾਣਦੇ ਹੋ ਫਿਰ ਤੋਂ ਘੁੰਮਦੇ ਫਿਰਦੇ ਰਹਿਣ ਵਾਲਾ ਬੰਦਾ ਕਦੇ ਟਿਕਦਾ ਨਹੀਂ ਹੈ ਔਰ ਮੈਂ ਉਹਨਾਂ ਵਿੱਚੋਂ ਇੱਕ ਹਾਂ ਅਤੇ ਅੱਜ ਆਪਾਂ ਇੰਡੀਆ ਤੋਂ ਚਾਈਨਾ ਜਾਵਾਂਗੇ ਨਿਊ ਦਿੱਲੀ ਏਅਰਪੋਰਟ 'ਤੇ ਇਸ ਟਾਈਮ ਮੈਂ ਖੜ੍ਹਾ ਔਰ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਬਹੁਤ ਹੀ ਜ਼ਿਆਦਾ ਚਹਿਲ ਪਹਿਲ ਹੈਗੀ ਹੈ ਸਾਰੇ ਲੋਕ ਇੰਜੋਏ ਕਰ ਰਹੇ ਹੈ ਅਤੇ ਆਪਾਂ ਹੁਣ ਇੰਜੋਏ ਕਰਾਂਗੇ ਚਾਈਨਾ ਨੂੰ ਰਾਤੀ 11:30 ਦੀ ਫਲਾਈਟ ਹੈ ਚਾਈਨਾ ਸਾਊਦਰਨ ਫਰੋਮ ਨਿਊ ਦਿੱਲੀ ਏਅਰਪੋਰਟ ਅਤੇ ਮੋਰਨਿੰਗ ਉੱਥੇ ਲੈਂਡ ਕਰਾਂਗੇ 7:05 'ਤੇ ਗੇਟ ਨੰਬਰ 19 ਤੋਂ ਆਪਾਂ ਜਾਣਾ ਪਹਿਲਾਂ ਤੁਸੀਂ ਦਿੱਲੀ ਏਅਰਪੋਰਟ ਦੀ ਸੈਰ ਕਰੋ ਫਿਰ ਆਪਾਂ ਕਿਆ ਫਿਰ ਆਪਾਂ ਹੋਰ ਵੀ ਜਾ ਤੇ ਘੁੰਮਾਂ ਫਿਰਾਂਗੇ ਅਤੇ ਇੰਜੋਏ ਕਰਾਂਗੇ ਲਓ ਫਿਰ ਦੇਖਦੇ ਰਹੋ ਏਅਰਪੋਰਟ ਹਾਂਜੀ ਗੁੱਡ ਮੋਰਨਿੰਗ ਜੀ ਸਾਰਿਆਂ ਨੂੰ ਹੁਣ ਦੇਖੋ ਜੀ ਆਪਾਂ ਰਾਤੀ ਬੈਠੇ ਸੀ ਫਲਾਈਟ ਦੇ ਵਿੱਚ ਅਤੇ ਮੋਰਨਿੰਗ ਸਵੇਰੇ ਸਵੇਰੇ ਆਪਾਂ ਪਹੁੰਚ ਗਏ ਹਾਂ ਜੀ ਕਿਤੇ ਹਾਂਜੀ ਚਾਈਨਾ ਵੈਲਕਮ ਟੂ ਚਾਈਨਾ ਲਓ ਜੀ ਅੱਜ ਫਿਰ ਆਪਾਂ ਹੁਣ ਜਾ ਕੇ ਹੋਟਲ ਚੈੱਕ ਇਨ ਕਰਾਂਗੇ ਅਤੇ ਫਿਰ ਅੱਗੇ ਤੁਹਾਨੂੰ ਫਰਦਰ ਜਰਨੀ ਬਾਰੇ ਦੱਸਦੇ ਰਹਾਂਗੇ ਨਾਲ ਦੀ ਨਾਲ ਤੁਹਾਨੂੰ ਫਿਰ ਇਹ ਦੱਸੋ ਕਿ ਰਾਤੀ ਨਿਊ ਦਿੱਲੀ ਏਅਰਪੋਰਟ ਕਿਵੇਂ ਦਾ ਲੱਗਿਆ ਅਤੇ ਹੁਣ ਤੁਸੀਂ ਇੰਜੋਏ ਕਰੋ ਚਾਈਨਾ ਦੇ ਏਅਰਪੋਰਟ ਨੂੰ ਵੈਸੇ ਚਾਈਨਾ ਦੀ ਮੈਟਰੋ ਵੀ ਜਿਹੜੀ ਹੈ ਉਹ ਵੀ ਦਿੱਲੀ ਦੀ ਮੈਟਰੋ ਵਾਂਗੂ ਪੂਰੀ ਕਰਾਊਡਿਡ ਹੈ ਤੁਸੀਂ ਫਿਰ ਧਿਆਨ ਨਾਲ ਦੇਖੋ ਸਾਰੇ ਪਾਸੇ ਪੂਰੀ ਕਰਾਊਡਿਡ ਮੈਟਰੋ ਮਿਲੂਗੀ ਤੁਹਾਨੂੰ ਅਤੇ ਹੁਣ ਇੱਥੋਂ ਮੈਂ ਆਪਣਾ ਇੱਕ ਸਟੇਸ਼ਨ ਚੇਂਜ ਕਰੂੰਗਾ ਲਾਈਨ 2 ਤੋਂ ਅਤੇ ਉਹ ਫਿਰ ਆਪਾਂ ਅੱਗੇ ਜਾ ਕੇ ਜਵੈਲਰੀ ਮਾਰਕੀਟ ਦੇਖਦੇ ਹਾਂ ਵੈਸੇ ਅੱਜ ਤਾਂ ਪਹਿਲਾ ਦਿਨ ਹੈ ਅਤੇ ਚਾਈਨਾ ਦੇ ਨਜ਼ਾਰਿਆਂ ਨੂੰ ਇੰਜੋਏ ਕਰਾਂਗੇ ਆਪਾਂ ਸਿਰਫ ਜੀਪੀਐਸ ਕੁੰਬਰ ਦੇ ਨਾਲ ਅਤੇ ਵੈਸੇ ਇੱਥੋਂ ਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇੰਗਲਿਸ਼ ਸਮਝ ਆਏ ਅਤੇ ਆਪਾਂ ਨੂੰ ਚਾਈਨੀਜ਼ ਸਮਝ ਆਏ ਆਓ ਜੀ ਹਾਂਜੀ ਹੁਣ ਮੈਂ ਪਹੁੰਚ ਗਿਆ ਜੀ ਚੈਨਗੈਂਗ ਸਟੇਸ਼ਨ ਅਤੇ ਇੱਥੋਂ ਮੈਂ ਮੈਟਰੋ ਚੇਂਜ ਕਰੂੰਗਾ ਲਾਈਨ 2 'ਤੇ ਜਾ ਕੇ ਅਗਲੇ ਸਟੇਸ਼ਨ ਬਾਰੇ ਤੁਹਾਨੂੰ ਦੱਸੂਗਾ ਕਿ ਕਿਹੜੇ ਸਟੇਸ਼ਨ 'ਤੇ ਉਤਰੇ ਹਾਂ ਅਤੇ ਆਓ ਜੀ ਚੱਲਦੇ ਰਹਿੰਦੇ ਹਾਂ ਆਪਾਂ ਫਿਰ ਤੁਰੇ ਫਿਰਦੇ ਹਾਂ ਹਾਂਜੀ ਹੁਣ ਮੈਂ ਚਾਨਗੈਂਗ ਸਟੇਸ਼ਨ ਤੋਂ ਹਾਈਜ਼ ਸਕੇਅਰ ਜਾ ਰਿਹਾ ਹਾਂਜੀ ਇਸ ਟਾਈਮ ਆਪਾਂ ਖੜ੍ਹੇ ਹਾਂ ਸਾਰੇ ਜਣੇ ਹਾਈਜ਼ ਸਕੇਅਰ ਦੇ B2 ਐਗਜ਼ਿਟ ਗੇਟ ਦੇ ਉੱਪਰ ਅਤੇ ਇੱਥੇ ਦੇਖੋ ਮਾਰਕੀਟ ਦੇ ਵਿੱਚ ਕਿਆ ਰੌਣਕਾਂ ਤੁਸੀਂ ਪਿੱਛੇ ਧਿਆਨ ਨਾਲ ਦੇਖੋ ਕਿੰਨਾ ਵਧੀਆ ਇੱਕ ਸਟੈਚੂ ਬਣਿਆ ਹੋਇਆ ਵੱਡਾ
ਔਰ ਮੈਕਸੀਮਮ ਜੋ ਮੈਂ ਚਾਈਨਾ ਵਿੱਚ ਹਜੇ ਤੱਕ ਓਬਜ਼ਰਵ ਕੀਤਾ ਪਹਿਲੇ ਦਿਨ 'ਚ ਕਿ ਇੱਥੇ ਮੈਕਸੀਮਮ ਸਾਈਕਲ ਰਾਈਡਰਸ ਹੈ। ਤੁਸੀਂ ਆਹ ਦੇਖੋ ਪਿੱਛੇ ਸਾਈਕਲ ਕਿੰਨੇ ਖੜ੍ਹੇ ਹੈ, ਔਰ ਮਾਰਕੀਟ ਦੇ ਵਿੱਚ ਤੁਸੀਂ ਅਗਰ ਦੇਖੋਗੇ ਕਾਰਸ ਤੁਹਾਨੂੰ ਘੱਟ ਦਿਖਣਗੀਆਂ ਔਰ ਸਾਈਕਲ ਜ਼ਿਆਦਾ ਦਿਖਣਗੇ।